ربینی مغلوباً فانتصر بحق دم الحسین علیہ السلام بحق امیر المومنین علی بن ابی طالب علیہ السلام بحق پاک سیدہ فاطمہ زہرا سیدۃ النساء العالمین خاندان زہرا تے مل کے باواز بلند صلوات پڑھو اللہم مجلس پاک دی روحانیت اور مقبولیت دی خاطر ایک مرتبہ پھر درود دی تلاوت کرو اللہم صلی اللہ علیہ وسلم جس مقام تے بھی صفے عذابی چھایا جاوے اس مقام تے ذکر دے وارث تشریف فرماؤں دے انہوں دی آمد اور استقبال دی خاطر سارے سر جھکا کے اکھا بند کر کے درود دی تلاوت کرو اللہم صلی اللہ علیہ وسلم دعائے عالمین دا خالق بانیاں دا صفے عذابی چھایا اپنے بارگاہ تو ہی دے قبول اور منظور فرمائے پاک محمد و آل محمد دے ذکر دا صدقہ میرا مالک بھائی تیر عباس بھائی شہد عباس انہاں دے خاندان انہاں دے گھر والے تمام تر پریشانیاں دور فرما میرا مالک جس جس مشکلات تے چن یہ مشکلات انہاں دیاں ختم کر تاکہ اپنے گھر جا کے امام حسین بادشاہ دی صفے جا کے جویں انتظامات کرنے چاہیے اس انداز دے نال آ کے اپنے گھر وچ صفے حسین دا انتظام کر میرا مالک پاک ذکر دا صدقہ پاک امام سجاد علیہ السلام دی قید دا صدقہ بھائی شہد عباس نو میرا مالک رہائی عطا فرما میرا مالک انہاں دے عزت بخت رزق وچ مزید وسعت عطا فرما میرا مالک جنہاں جنہاں میرے ذمہ دعاواں لائیاں تمام دیاں شرعی نیک حاجات اپنے بارگاہ تو ہی دے قبول اور منظور فرما دعاواں دی قبولیت دی خاطر سارے مل کے درود دی تلاوت کرو اللہم صلی اللہ علیہ بارہویں امام دے ظہور دی خاطر ایک مرتبہ پھر درود دی تلاوت کرو اللہم صلی اللہ علیہ کوئی زیادہ نہیں فقط دو یا چار منٹ اس تو زیادہ ڈیوٹی نہیں جیسا ماحول ہے ماحول دے مطابق ڈیوٹی امام حسین بادشاہ دے ذکر کرتے ہیں تو بانیاں نہیں جتنیاں بھی مشکلات ہیں جتنیاں بھی پریشانیاں نے جتھے جتھے کوئی انسان مشکل حالات زندگی در گزر کر رہے انہوں نے مشکلات دی آسانی واسطے سارے مل کے درود دی تلاوت کرو میں ڈیوٹی دا آغاز کراں اللہم صلی اعوذ باللہ من الشیطان الرجیم بسم اللہ الرحمن الرحیم سونی صلوات والعاقبۃ للمتقین وجنۃ للموحدین صلوات صاحب تاج والمراج والبراج والعلم اسمه مرفوع منقوش في اللوح والقلم احمد المصطفى حسن دنانے تے سونی صلوات وسلام تو وسلام والا
ਭਲਾ ਹੋਵੇ। ਅਲੀ ਦੀਆਂ ਦਹੀਆਂ ਤੁਹਾਡੇ ਤੇ ਰਾਜ਼ੀ ਹੋਣ। ਭਲਾ ਹੋਵੇ ਉਹਨਾਂ ਬੰਦਿਆਂ ਦਾ ਜਿਨ੍ਹਾਂ ਦੀ ਹਾਏ ਨਿਕਲੀ ਹੈ, ਜਿਹੜੇ ਅਜ਼ਾਦਾਰ ਜਨਤਾਈ ਹਾਏ ਨੋ ਕਰ ਸਕੇ। ਮੈਂ ਗਰੀਬੀ ਦੇ ਸਤਰ ਫਿਰ ਪੜਦਾ ਤਾਂ ਕਿ ਸਾਰੇ ਅਜ਼ਾਦਾਰ ਸ਼ਾਮਲ ਹੋ ਜਾਵੋ। ਕੌਣ ਗਰੀਬ ਹੈ, ਕਿਵੇਂ ਗਰੀਬ ਹੈ, ਕਿਉਂ ਗਰੀਬ ਆਖਿਆ ਕਰੋ ਸਵਾਲ। ਹੁਸੈਨ ਬਾਦਸ਼ਾਹ ਕਦਣ ਗਰੀਬ ਸਦਾਇਆ, ਮਜ਼ਲੂਮ ਦੀ ਗੁਰਬਤ ਰਹਿਣ ਵਾਲੇ ਸਹੀਵਾਲ ਦੇ ਗਈ ਹੋਰ ਅਜ਼ਾਦਾਰੋਂ ਮੇਰਾ ਵਤਨ ਹੈ ਮੇਰਾ ਘਰ ਹੈ। ਉਹ ਮਜ਼ਲੂਮ ਦੀ ਗੁਰਬਤ ਰਹਿਣ ਵਾਲਿਆ ਹੁਸੈਨ ਬਾਦਸ਼ਾਹ ਉਦਣ ਗਰੀਬ ਸਦਾਇਆ, ਜਦਣ ਅਬਾਸ ਜੀ ਦੁਲਤ ਹੈ। ਸ਼ਾਬਾਸ਼ ਸ਼ਾਬਾਸ਼, ਥੋੜ੍ਹਾ ਆਵਾਜ਼ ਖੋਲ ਪਈ। ਅਲੀ ਦੀਆਂ ਦਹੀਆਂ ਰਾਜ਼ੀ ਹੋਵਨ। ਮੈਂ ਪਿਆਰ ਦਾ ਰੱਬ ਜਾਣੇ ਕਿਵੇਂ ਤੇ ਕਿਵੇਂ ਮੌਤ ਅਬਾਸ ਦਿਸੈ ਗਈ। ਉਹ ਜਣੀ ਹਰ ਮਸਤੂਰ ਕਿਆਮ ਦੇ ਵਿੱਚ ਵਾ ਮਾ ਫਜ਼ਲ ਦੀ ਬਾਂਦੀ। ਭਲਾ ਅਲੀ ਦੀਆਂ ਦਹੀਆਂ ਰਾਜ਼ੀ ਹੋ। ਕਹਿੰਦਾ ਜ਼ਿਕਰ ਸ਼ੁਰੂ ਕੀਤਾ ਹੈ ਜਿਨ੍ਹਾਂ ਨਾਮ ਜਲਾਲੀਆਂ ਲਗਾ ਦੀਏ। ਮੈਂ ਚਾਚਾ ਜੀ ਗੁਰਬਤ ਵਿਆਪੜਦਾ ਜਨਾਬੇ ਅਬਾਸ ਦੀ, ਥੋੜੇ ਬੰਦੇ ਜਿਨ੍ਹਾਂ ਹਾਏ ਕੀਤੀ ਏ, ਘਰਾਂ ਤੇ ਅਲਮ ਲਾ ਲੈਣਾ ਸੌਖਾ ਏ, ਲੇਕਿਨ ਅਬਾਸ ਦੇ ਜੁਮਲੇ ਸੁਣ ਕੇ ਆਏ ਜਿਹੜੇ ਅਜ਼ਾਦਾਰ ਪੇ ਕਰਦੇ ਹੋ। ਮੈਂ ਦੁਆ ਪਿਆ ਕਰਦਾ ਛਲਾ ਆਪਣੇ ਦੁੱਖਾਂ ਚ ਕਦਾ ਨ ਰਹੋ। ਅਜ਼ਾਦਾਰਾਂ ਮਜ਼ਲੂਮ ਦੀ ਗੁਰਬਤ ਰੋਣ ਵਾਲਿਓ, ਜਲਾਲੀਆਂ ਲੈ ਗਾਜ਼ੀ ਦਾ ਜ਼ਿਕਰ ਸ਼ੁਰੂ ਕੀਤਾ ਏ, ਜਿਹਦੇ ਲਹਣ ਦੇ ਬਾਦ ਅਲੀ ਦੀ ਚਾਦਰ ਲੈ ਗਈ ਏ। ਸ਼ਾਬਾਸ਼ ਸ਼ਾਬਾਸ਼ ਯਾਰ, ਸ਼ਾਬਾਸ਼ ਯਾਰ, ਅਲੀ ਦੀ ਧੀਰਾ ਦੀ ਹੋਵੇ। ਮੈਂ ਪਹਿਲੇ ਆਖਿਆ ਏ, ਤੁਸਾਂ ਸੋਚਦਾ ਪਿਆਉਣਾ ਮੈਂ ਮੈਂਬਰ ਛੋੜ ਦੇਣਾ। ਉਹ ਮਜ਼ਲੂਮ ਦੀ ਗੁਰਬਤ ਰੋਣ ਵਾਲਿਓ, ਰੋਹਿੰਦੀ ਕਿਹੜੀ ਗੱਲ ਹੈ, ਮੈਂ ਪਿਆਦਾ ਰੱਬ ਜਾਣੇ ਕਿਵੇਂ ਔਲਾਦ ਅਲੀ ਦੀ ਤੇ ਕਿਵੇਂ ਮੌਤ ਅਬਾਸ ਦਿਸੈ ਗਈ। ਉਹ ਜਣੀ ਹਰ ਮਸਦੂਰ ਖਿਆਮ ਦੇ ਵਿੱਚ ਵਾ ਮਾ ਫਜ਼ਲ ਦੀ ਬਾਂਦੀ। ਬਹਿ ਗਈ ਰਵੈਂਦੀ ਕਿਹੜੀ ਗੱਲ ਹੈ, ਇਦੋਂ ਅਬਾਸ ਜ਼ੀ ਤੂੰ ਜਣਿਆ ਹੈ, ਇਦੋ ਖੈਮਿਆਂ ਦਾ ਕਿਹੜਾ ਮੰਜ਼ਰ ਆਈ ਆ। ਮੈਂ ਪਿਆਦਾ ਇੱਕ ਆਲੀਆ ਗਮ ਦਾ ਵੇਣ ਕਿਤੇ ਹਾਰੇ ਸੈਣ ਪਿੱਛੇ ਨੀ ਆਇਆ ਲੈ ਗਈ ਬੀਬੀ ਆਦੀ ਤੇਰੇ ਬਾਜ਼ੋ ਕਿਤੇ ਨਹੀਂ ਆਇਓ। ਮੇਰੇ ਸਰ ਤੋਂ ਚਾਦਰ ਅਲੀ ਦੀਆਂ ਦਹੀਆਂ ਤੁਹਾਡੇ ਤੇ ਰਾਜ਼ੀ ਹੋਵਾਂ। ਮਾਂ ਹੁਸੈਨ ਦੀ ਤੁਹਾਡੇ ਤੇ ਰਾਜ਼ੀ ਹੋਵੇ। ਉਹ ਮਜ਼ਲੂਮ ਦੀ ਗੁਰਬਤ ਰਹਿਣ ਵਾਲਿਓ, ਅਬਾਸ ਦੇ ਬਾਜ਼ੋਂ ਕਲਮ ਹੋ ਗਏ, ਅਬਾਸ ਦੇ ਬਾਜ਼ੋਂ ਕਲਮ ਹੋਏ। ਰਜ਼ਾਦਾਰਾਂ ਮਜ਼ਲੂਮ ਦੀ ਗੁਰਬਤ ਰਹਿਣ ਵਾਲਿਓ, ਜਦਣ ਮਸ਼ਕ ਤੀਰ ਲਗਾਏ ਉਹ ਵੇਲੇ ਅਬਾਸ ਰੁਨੇ ਗੋਲੇ ਦੀ ਗਰਦਨ ਤੇ ਮੱਥਾ ਮਾਰ ਕੇ ਉੱਚਾ ਰੁਨੇ ਤੇ ਰੋ ਰੋ ਕੇ ਪਿਆ ਦਿਨ ਮੇ ਕੋ ਪਾਸੇ ਆਇਓ ਘੇਨੇ ਵਜਵਾ ਜੈ ਪਾਸ਼ਾ ਬਾਸ਼ ਬਈ। ਅਲੀ ਦੀਦੀ ਰਾਜ਼ੀ ਹੋਵੇ, ਮਾਂ ਹੁਸੈਨ ਦੀ ਰਾਜ਼ੀ ਹੋਵੇ, ਜਿਹੜੇ ਮਾਤਮੀ ਹੋ ਕੇ ਤਸ਼ਰੀਫ ਲਾਇਓ ਮੈਂ ਮਿੰਬਰ ਛੋੜਾ। ਮਜ਼ਲੂਮ ਦੀ ਗੁਰਬਤ ਰਹਿਣ ਵਾਲਿਓ, ਅਬਾਸ ਦੇ ਘੋੜੇ ਫੌਜਾਂ ਵਾਲੇ ਪਾਸੇ ਰੁਖ ਕੀਤਾ ਹੈ। ਉਸਲੇ ਮਜ਼ਲੂਮੇ ਕਰਬਲਾ ਜ਼ਮੀਨ ਤੇ ਕਦੀ ਉੱਠਦੇ ਨੇ ਕਦੀ ਬਾਂਦੇ ਨੇ, ਰੋ ਰੋ ਕੇ ਪਿਆ ਦਿਨ ਮੈਥੋਂ ਦੂਰ ਨਾ ਵਜੇ ਨਾ ਤੁਰ ਸਕਦਾ ਪਾਤਰ ਤੇ ਕਮਰ ਗਰੀ ਵਧੀ ਗਈ ਏ। ਰੋ ਰੋ ਕੇ ਪਿਆ ਦਿਨ ਤੇ ਕੋਲਾ ਦਾ ਦੇ ਮਾਤਮੇ ਹੁਸੈਨ